ਅਕਤੂਬਰ ਵਿੱਚ 2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਪ੍ਰਦਰਸ਼ਨਕਾਰੀ ਸਿੱਖਾਂ ਤੇ ਹੋਈ ਪੁਲਿਸ ਦੀ ਗੋਲੀਬਾਰੀ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਨਮੁਖ ਬਹਿਬਲ ਕਲਾ ਗੋਲੀਕਾਂਡ 'ਚ ਨਾਮਜ਼ਦ ਦੋ ਅਹਿਮ ਪੁਲਿਸ ਅਧਿਕਾਰੀ ਪੇਸ਼ ਹੋ ਗਏ ਨੇ। ਮੰਗਲਵਾਰ ਨੂੰ ਤਤਕਾਲੀ SP ਬਿਕਰਮ ਸਿੰਘ ਅਤੇ ਥਾਣਾ ਬਾਜਖਾਨਾ ਦੇ ਸਾਬਕਾ SHO ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੋਂ STI ਨੇ ਪੁੱਛਗਿੱਛ ਕੀਤੀ ਹੈ। ਹਾਲਾਂਕਿ ਦੋਵਾਂ ਅਧਿਕਾਰੀਆਂ ਨੂੰ ਜਾਂਚ ਟੀਮ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਪਰ ਪੇਸ਼ਗੀ ਜ਼ਮਾਨਤ ਅੜਿੱਕਾ ਬਣ ਗਈ। ਦੋਵਾਂ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 21 ਮਈ ਤੱਕ ਪੇਸ਼ਗੀ ਜ਼ਮਾਨਤ ਦਿੱਤੀ ਹੋਈ ਹੈ। ਇਸ ਕਰਕੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਤੋਂ ਬਾਅਦ ਦੋਵੇਂ ਪੁਲਿਸ ਅਧਿਕਾਰੀ ਵਾਪਸ ਚਲੇ ਗਏ ਨੇ। ਜਾਂਚ ਟੀਮ ਦਾ ਦਾਅਵਾ ਹੈ ਕਿ SP ਬਿਕਰਮ ਸਿੰਘ ਖਿਲਾਫ ਪੁਖਤਾ ਸਬੂਤ ਤੇ ਗਵਾਹ ਇਕੱਤਰ ਕਰ ਲਏ ਹਨ ਅਤੇ ਅਗਲੇ ਦਿਨਾਂ ਵਿੱਚ ਬਿਕਰਮਜੀਤ ਦੀ ਜ਼ਮਾਨਤ ਰੱਦ ਕਰਵਾਉਣ ਲਈ ਜਾਂਚ ਟੀਮ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਦੋ ਸਿੱਖ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਬਚਾਉਣ ਲਈ ਪੁਲਿਸ ਦੀ ਜਿਪਸੀ ਤੇ ਗੋਲੀਆਂ ਮਾਰੀਆਂ ਗਈਆਂ ਨੇ। ਪੁਲਿਸ ਨੇ ਪਿੰਡ ਬੁਰਜ ਮੁਸਤਾ ਦੇ ਉਸ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਿਸ ਦੀ ਰਾਈਫਲ 'ਚ ਇਸ ਕੰਮ ਲਈ ਵਰਤੋਂ ਕੀਤੀ ਗਈ ਹੈ। ਜਾਂਚ ਟੀਮ ਨੂੰ ਬਿਕਰਮਜੀਤ ਸਿੰਘ ਖਿਲਾਫ ਦੋ ਗਵਾਹ ਮਿਲੇ ਹਨ ਅਤੇ ਜਾਂਚ ਟੀਮ ਇਹਨਾਂ ਦੇ ਗਵਾਹਾਂ ਦੇ ਬਿਆਨ ਤੇ ਕਮਲਬੰਦ ਕਰ ਲਏ ਹਨ। ਵਿਵਾਦਾਂ 'ਚ ਘਿਰੇ ਫਰੀਦਕੋਟ ਦੇ ਸਥਾਨਕ ਵਕੀਲ ਨੂੰ SIT ਨੇ ਮੁਲਜ਼ਮ ਬਣਾਉਣ ਦੀ ਥਾਂ ਪੁਲਿਸ ਖਿਲਾਫ ਗਵਾਹ ਬਣਾ ਲਿਆ ਹੈ। ਇਹ ਵਕੀਲ ਕਾਂਗਰਸ ਦੇ ਅਕਾਲੀ ਆਗੂਆਂ ਦਾ ਕਾਫੀ ਕਰੀਬੀ ਸੀ ਤੇ ਵਿਸ਼ੇਸ਼ ਜਾਂਚ ਟੀਮ ਕੋਲ ਪੜਤਾਲ ਲਈ ਮਹਿਜ਼ 30 ਦਿਨ ਦਾ ਸਮਾਂ ਬਚਿਆ ਹੈ ਅਤੇ ਇਸੇ ਸਮੇਂ ਦੌਰਾਨ ਅਦਾਲਤ ਵਿੱਚ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਨੇ। ਬਿਊਰੋ ਰਿਪੋਰਟ, ਬੁਲੰਦ ਟੀਵੀ।